ਅਸੀਂ ਸਾਰਿਆਂ ਨੇ ਮਟੀਰੀਅਲ ਵਿੱਚ ਸਟ੍ਰੈੱਸ ਬਾਰੇ ਤਾਂ ਸੁਣਿਆ ਹੀ ਹੈ, ਪਰ ਇਸ ਨੂੰ ਦੇਖਣਾ ਬਹੁਤ ਆਨੰਦ ਹੈ ਕਿ ਇਹ ਬਹੁਤ ਹੀ ਮਜ਼ੇਦਾਰ ਪ੍ਰਯੋਗ ਹੈ। ਇਸ ਲਈ ਤੁਹਾਨੂੰ ਮਟੀਰੀਅਲ ਸਟ੍ਰੈੱਸ ਦੇਖਣ ਦੇ ਲਈ ਤੁਹਾਨੂੰ ਚਿੱਟੀ ਲਾਈਟ ਚਾਹੀਦੀ, ਸਫੇਦ ਲਾਈਟ ਚਾਹੀਦੀ ਹੈ। ਇਹ ਨਿਓਨ ਲੈਂਪ ਕਿਸੇ ਵੀ ਬਿਜਲੀ ਦੀ ਦੁਕਾਨ ਤੋਂ ਮਿਲ ਜਾਂਦਾ ਹੈ। ਹੁਣ ਲੈਂਪ ਨੂੰ ਦੋ ਬਟਰ ਪੇਪਰ ਨਾਲ ਢੱਕ ਦਿਓ ਤਾਂ ਜੋ ਉਸ ਦੀ ਲਾਈਟ ਡਿਫਿਊਜ਼ ਹੋ ਜਾਵੇ। ਤੁਹਾਨੂੰ ਚਾਹੀਦੇ ਹਨ ਦੋ ਪੋਲਰਾਈਜ਼ ਲੈਂਸ, ਜਿਹੜੇ ਤੁਸੀਂ ਪ੍ਰਾਪਤ ਕਰ ਸਕਦੇ ਹੋ 3D ਗਲਾਸਿਸ ਤੋਂ। ਜਦੋਂ ਤੁਸੀਂ ਇੱਕ ਲੈਂਸ ਨੂੰ ਦੂਜੇ 'ਤੇ ਰੱਖੋਗੇ ਤਾਂ ਤੁਹਾਨੂੰ ਬਾਇਓਪੋਲਰ ਲੈਂਸ ਮਿਲਣਗੇ। ਹੁਣ ਤੁਸੀਂ ਸੈਂਡਵਿਚ ਦੀ ਤਰ੍ਹਾਂ ਪਲਾਸਟਿਕ ਸਕੇਲ ਦੋਵੇਂ ਲੈਂਸਿਸ ਦੇ ਵਿੱਚ ਪਾ ਦਿਓ। ਹੁਣ ਤੁਹਾਨੂੰ ਸਕੇਲ ਦੇ ਬਹੁਤ ਖੂਬਸੂਰਤ ਪੈਟਰਨ ਦੇਖਣ ਨੂੰ ਮਿਲਣਗੇ ਜੋ ਸਟ੍ਰੈੱਸ ਨੂੰ ਦਰਸਾਉਣਗੇ। ਹੁਣ ਉੱਪਰ ਵਾਲੇ ਲੈਂਸ ਨੂੰ ਘੁਮਾਓਗੇ, ਜਿੰਨੀ ਤੀਬਰਤਾ ਰੰਗ ਦੇ ਬਦਲ ਦੀ ਹੋਵੇਗੀ ਸਟ੍ਰੈੱਸ ਵੀ ਉਨਾ ਜ਼ਿਆਦਾ ਹੋਵੇਗਾ। ਕੱਟਸ, ਬੈਂਡਸ ਅਤੇ ਐਂਗਲਸ ਦੇ ਰੰਗ ਬਹੁਤ ਤੀਬਰਤਾ ਨਾਲ ਬਦਲੇਗਾ ਅਤੇ ਇਸ ਦਾ ਮਤਲਬ ਹੈ ਕਿ ਇੱਥੇ ਸਟ੍ਰੈੱਸ ਬਹੁਤ ਜ਼ਿਆਦਾ ਹੈ। ਥੱਲੇ ਵਾਲਾ ਲੈਂਸ ਸਫੇਦ ਰੋਸ਼ਨੀ ਦੀ ਵਾਈਬ੍ਰੇਸ਼ਨ ਨੂੰ ਇਕਹਿਰੇ ਪਲੇਨ ਤੱਕ ਸੀਮਿਤ ਰੱਖਦਾ ਹੈ। ਜਿਵੇਂ ਹੀ ਸਫੇਦ ਰੋਸ਼ਨੀ ਪਲਾਸਟਿਕ ਨਾਲ ਗਤੀਵਿਧੀ ਕਰਦੀ ਹੈ, ਆਪਣੀ ਪੋਲਰਾਈਜੇਸ਼ਨ ਅਤੇ ਰੋਸ਼ਨੀ ਦੀ ਰਫ਼ਤਾਰ ਬਦਲ ਲੈਂਦੀ ਹੈ। ਉੱਪਰ ਵਾਲਾ ਲੈਂਸ ਸਾਨੂੰ ਇਹ ਕਲਰ ਪੈਟਰਨ ਦੇ ਬਦਲਾਅ ਦੇਖਣ ਵਿੱਚ ਮਦਦ ਕਰਦਾ ਹੈ।